ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਰੱਖੜੀਆਂ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਇਸ ਵਿਚਾਲੇ ਸੁਖਚਲ ਵੱਲੋਂ ਆਪਣੀ ਸਿਸਟਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਉਸ ਦੀ ਸਿਸਟਰ ਸੁਖਚਲ ਦੇ ਲਈ ਰੱਖੜੀ ਲੈ ਕੇ ਆਈ ਹੈ ਇਹ ਰਖੜੀ ਇਸੇ ਵਾਰ ਦੀ ਨਹੀਂ ਬਲਕਿ ਉਹ ਇਸ ਵਾਰ 3-4 ਸਾਲ ਦੀ ਰਖੜੀ ਇਕੱਠਿਆਂ ਆਪਣੇ ਬ੍ਰਦਰ ਦੇ ਲਈ ਲੈ ਆਈ ਹੈ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਹਨਾਂ ਦੀ ਭੈਣ ਸ਼ਾਇਦ ਉਹਨਾਂ ਤੋਂ ਕਿਤੇ ਦੂਰ ਜਾ ਰਹੀ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਸਿਸਟਰ ਫੋਰਨ ਜਾ ਰਹੀ ਹੋਵੇ ਅਤੇ ਇਸੇ ਲਈ ਉਹ ਆਪਣੇ ਬ੍ਰਦਰ ਲਈ 3-4 ਸਾਲ ਦੀ ਰਖੜੀ ਇਕੱਠਿਆਂ ਹੀ ਲੇ ਕੇ ਆਈ ਹੈ ਇਹਨਾਂ ਹੀ ਨਹੀਂ ਉਹ ਆਪਣੇ ਭਰਾ ਦੇ ਗਲ ਲੱਗ ਕੇ ਰੋਂਦੀ ਹੋਈ ਵੀ ਦਿਖਾਈ ਦਿੱਤੀ ਅਤੇ ਉਹ ਕਾਫੀ ਇਮੋਸ਼ਨਲ ਹੋਈ ਜਿਸ ਤੋਂ ਬਾਅਦ ਉਸਨੇ ਆਪਣੇ ਬਰਦਰ ਦੇ ਗੁੱਟ ਤੇ ਰਖੜੀ ਸਜਾਈ ਆਪਣੀ ਭੈਣ ਨੂੰ ਰੋਂਦਿਆਂ ਦੇਖ ਸੁਖਜੋਲ ਉਸ ਨੂੰ ਚੁੱਪ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਉਸ ਨੂੰ ਹਸਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਸੁਖਜੋਲ ਵੱਲੋਂ ਰਖੜੀ ਤੇ ਆਪਣੀ ਭੈਣ ਨੂੰ ਕਾਫੀ ਸਾਰੇ ਗਿਫਟਸ ਵੀ ਦਿੱਤੇ ਗਏ ਬਾਕੀ ਇਸ ਵੀਡੀਓ ਦੀ ਕਲਿੱਪ ਤੁਸੀਂ ਅੱਗੇ ਚੱਲਦੀ ਵੀ ਵੇਖ ਸਕਦੇ ਹੋ ਗਾਨੀ ਹੋਈਏ ਪੈਨ ਪਰਾ ਜਿੱਥੇ ਵੀ ਜਨਮ ਲਵਾਗੇ ਮੀਨੇ ਆਪਾਂ ਕਦੋਂ ਮਿਲਾਗੇ ਸੁਖ ਜਾਲ ਅਤੇ ਉਹਨਾਂ ਦੀ ਸਿਸਟਰ ਦੀ ਇਹ ਵੀਡੀਓ ਨੂੰ ਦੇਖ ਕੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਨੇ